ਸੋਨੀ ਮਾਨ ਇੱਕ ਐਸੀ ਪੰਜਾਬੀ ਫੀਮੇਲ ਸਿੰਗਰ ਜਿਸ ਨੇ ਯਮਲੇ ਦੀ ਤੂੰਬੀ ਤੇ ਮੁੱਖ ਮੰਤਰੀ ਦੇ ਨਾਲ ਕੱਢੇ ਗਾਣੇ ਡੈਵਿਲ ਤੋਂ ਪੰਜਾਬੀ ਲਿਸਨਰਸ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਹੁਣ ਲੈ ਕੇ ਆ ਰਹੀ ਹੈ ਇੱਕ ਨਵਾਂ ਸੋਲੋ ਟਰੈਕ ਜਿਸ ਦੀ ਫਸਟ ਲੁੱਕ ਸੋਨੀ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰੋਡਿਊਸ ਕਰ ਰਿਹਾ ਹੈ ਖੁਦ ਮੁੱਖ ਮੰਤਰੀ ਦਾ ਪ੍ਰੋਡਿਊਸਰ ਰਣਬੀਰ ਬਾਟ, ਜਿਸ ਦਾ ਟਾਈਟਲ ਹੋਏਗਾ ਪ੍ਰਿਜ਼ਨ ਆਫ ਲਵ, ਜਿਸ ਵਿੱਚ ਮਾਡਲ ਗੌਰਵ ਅਰੋੜਾ ਸੋਨੀ ਮਾਨ ਦੇ ਨਾਲ ਵੀਡੀਓ ਦੇ ਵਿੱਚ ਐਕਟ ਕਰਦਾ ਨਜ਼ਰ ਆਏਗਾ। ਇਸ ਗਾਣੇ ਨੂੰ ਬੋਲ ਦਿੱਤੇ ਨੇ ਨਵ ਮਾਨ ਨੇ, ਮਿਊਜ਼ਿਕ ਦਿੱਤਾ ਹੈ ਡ੍ਰੀਮ ਬੋਏ ਨੇ ਤੇ ਇਸ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੁਖ ਢਿੱਲੋਂ ਨੇ। ਇਸ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆਂ ਸੋਨੀ ਮਾਨ ਨੇ ਉਸ ਦੀ ਕੈਪਸ਼ਨ ਦੇ ਵਿੱਚ ਲਿਖਿਆ ਹੈ, ਲੋ ਪੇਸ਼ ਹੈ ਫਸਟ ਲੁੱਕ ਆਫ ਦਿਸ ਬਿਊਟੀਫੁਲ ਰੋਮਾਂਟਿਕ ਗਾਣਾ ਪ੍ਰਿਜ਼ਨ ਆਫ ਲਵ, ਆਈ ਹੋਪ ਸਭ ਨੂੰ ਜ਼ਰੂਰ ਪਸੰਦ ਆਵੇਗਾ, ਸ਼ੇਅਰ ਸਪੋਰਟ ਐਂਡ ਸਭ ਆਪਣੀ ਸਟੋਰੀਜ਼ 'ਚ ਸ਼ੇਅਰ ਕਰੋ, ਮੈਂ ਸਭ ਦੀ ਸਟੋਰੀ ਸ਼ੇਅਰ ਕਰੂੰਗੀ। ਫੁੱਲ ਮਿਊਜ਼ਿਕ ਵੀਡੀਓ ਬਹੁਤ ਜਲਦੀ ਤੇ ਟੈਗ ਕੀਤਾ ਹੈ ਰਣਬੀਰ ਬਾਟ ਨੂੰ ਵੀ। ਸੋਨੀ ਮਾਨ ਦੇ ਮੁੱਖ ਮੰਤਰੀ ਨੂੰ ਛੱਡ ਕੇ ਸੋਲੋ ਟਰੈਕ ਕੱਢਣ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਬਾਲੀਵੁੱਡ ਤੇ ਪਾਲੀਵੁੱਡ ਦੀ ਲੇਟੈਸਟ ਤੇ ਔਥੈਂਟਿਕ ਖਬਰਾਂ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।